हेलो जी, सत श्री अकाल, वेलकम सारिआं नूं। तुहाडा स्वागत है जी दुबारा साडे चैनल ते, जिहदा नां है जी प्रीत बाणी। रिएक्ट्स गाइस, जे तुसीं साडे चैनल ते नवें हो, सानूं पहली वारी वेख रहे हो, प्लीज हाथ जोड़ के बेनती है कि चैनल नूं करो सबसक्राइब। सबसक्राइब दे गए कुछ नहीं होना, तुहानूं साडी वीडियोज दी नोटिफिकेशनस नहीं आणगीआं, फिर ना कहना असीं वीडियो नहीं पांदे। ठीक है जी, ते जाके चैनल नूं करो सबसक्राइब, बेल आइकन दबाना ना भुल्लिओ, क्योंकि उहदे करके ही तुहानूं साडी सोहणी सोहणी वीडियोज दी सोहणी सोहणी नोटिफिकेशनस आणगीआं। बाकी अज लैके हाजिर होया एक होर वधिया जी वीडियो। वीडियो बारे दसो जी। वीडियो है जी रोटी खोल दियो दा लास्ट एंड सब तो फनी वाला पार्ट, जेड़ा सब तो ज्यादा सानू रेकमेंडेशन सीगियां। ते गाइस, ए वाली वीडियो देखने तो पहला जाके तुसी अपना पार्ट 2 भी चेक करो। सी पार्ट 2 भी जाया सी, वो काफी लोगों ने अजे नहीं देखा पार्ट, ते प्लीज ए वाली वीडियो देखने तो बाद भावे इस तो पहला जाके जिदा भी है तुसी जाके पार्ट 2 जरूर चेक करो, वो भी बहुत फनी सीगा। ते अज आपां लास्ट पार्ट लैके आए जिदे विच सारे इकट्ठे होंदे ने, इनवाइट करदे ने साडे सोहल अहमद साहब सारे नूं, ते फनी पार्ट होएगा, लास्ट पार्ट है, बहुत मजा आएगा, एंजॉय करदे आं सारे मिलके। ते प्लीज एंड तक जरूर वीडियो देखियो, बहुत मजा आने वाला। ते करदे आं शुरू। नहीं चोई साहब, असल जो फनकार अगे काम कर रहे होंगे ना, मैं पिछे काम कर रहा हूं। अच्छा चल फिर पिछे जाके काम कर मेरा। दावत उंज भी हो जानी, तू कड़ा जेब बोटियां पा के खड़नी है, मेरा ख्याल है
ਸੱਜੇ ਹੱਥ ਵਾਲੀ ਸਵਾਰੀ ਇਹਦੇ ਵਾਲ ਪੁੱਟਦੀ ਰਹੀ ਇਹਦੀ ਤਾਂ ਬਹੁਤ ਹੀ ਸੱਜੇ ਹੱਥ ਹੋ ਗਈ ਓਹੋ ਹੈਂਸਮ ਬੈਠ 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 ਲੱਦੀ ਰਹੀ ਮੈਂ ਤਾਂ ਨਹੀਂ ਵਾਸਰੋ ਵੱਡਾ ਗੋਸ਼ਟ ਨਹੀਂ ਪਕਾਇਆ ਹਾਂਜੀ ਵੱਡਾ ਗੋਸ਼ਟ ਨਹੀਂ ਪਕਾਇਆ ਕਿਉਂ ਜੀ ਤੁਸੀਂ ਆਪ ਦੇ ਵਿੱਚ ਬੈਠੇ ਸੀ ਆਪਣਾ ਆਪ ਕਾ ਲਾ ਕੀ ਹੋਇਆ ਇਹ ਵੀ ਬਸ ਕਹਿੰਦੇ ਫਾਕਰਾ ਜਿ ਲੱਗਣ ਦਿਆ ਜਿਵੇਂ ਜੇਮਸ ਬੌਂਡ ਨੂੰ ਸ਼ੂਗਰ ਹੋਈ यार बेचारे ठाकर चपेड़ा मारे तेरे मुंह ते नरम रादा चाइना वाले ते झगड़े मैल ही लांदे बैठे हैं बात भी पाकिस्तानी कहो ते बंदा जो कवे लगदा भी ਆਪੇ ਤੇ ਬੜੇ ਅਫਸੋਸ ਦੀ ਗੱਲ ਨਹੀਂ ਪੁੱਤਰ ਮੈਂ ਆਪ ਇਹਨਾਂ ਨੂੰ ਸਮਝਾ ਲਈਦਾ ਨਹੀਂ ਯਾਰ ਐਵੇਂ ਜਾਣ ਵੀ ਕੀ ਹੋਇਆ ਹੈ ਜੀ ਉਹ ਠਾਕਰ ਪਹਿਲਾਂ ਟਿੰਡ ਕਰਾ ਕੇ ਚੂਹਾ ਬਣ ਕੇ ਮੰਗਦਾ ਹੈ ਸਾਰੀਆਂ ਜੁਗਾਂ ਲੱਗ ਸਾਫ ਇੱਕ ਇੱਕ ਕਿਤੇ ਬਹਿ ਯਾਰ ਨਾ ਮਰਾਦਾ ਪਿੰਡ ਤੋਂ ਲਿਆ ਟਰਮੀਨੇਟਰ ਯਾਰ ਬਦਮੀਜੀ ਨਾ ਕਰੋ ਮੈਂ ਤੁਹਾਨੂੰ ਦੱਸਦੀ ਆ ਮੇਰਾ ਇਹ ਪ੍ਰਾਹੁਣਾ ਉਹਨੂੰ ਇਹਦੀ ਤੰਗ ਕਰੋਗਾ ਤੇ ਜੀ ਉੱਡ ਕੇ ਤਾਰ ਤੇ ਬਹਿ ਕੇ ਇਹਨੂੰ ਫੜੇਗਾ ਕੌਣ ਆਓ ਯਾਰ ਆਓ ਮੇਰਾ ਪੁੱਤਰ ਪੁੱਤਰ ਕੁਛ ਆਪ ਕਹਿ ਲੈ ਆਪ ਕਹਿ ਲੈ ਆਪ ਕਹਿ ਲੈ ਮਾਈਏ ਮੈਂ ਕਹਿ ਲਾ ਕੀ ਹੋਇਆ ਕਰ ਤਾਂ ਮੂੰਹ ਇੰਜ ਜਿਵੇਂ ਪਿੰਡਾਂ ਦੇ ਵਿੱਚ ਸਾਰੋਂ ਦਾ ਤੇਲ ਲੋਦਾ ਰੁਪਈਏ ਦਾ ਇਹਦੇ ਮੂੰਹ ਵਰਗੀਆਂ ਦੋ ਪਲੀਆਂ ਪਾਉਂਦਾ ਰੋਟੀ ਖੋਲ ਦਿਓ ਬੇਟਾ ਪ੍ਰਾਹੁਣੇ
सारे आले खोल लेनी है रोटी, तू तो बाजरा खा के निकल जाने बाकी खाने। चौधरी साहब जिथे रोटी पई है ना सानू एक चक्कर उठे ना लवा लिया। बरासी रोटी पीछे मारते ही जाते हैं। आप कहला यार, आप कहला यार, आप कहला की होया? अल्लाह जानता मैं कुछ भी नहीं किया। बाकी नजारेदार ड्रामा बहुत कैंट सी जी जी बिच सुरलिया लाते पे ना कहना सारा आप सी जुगता सारी अपनी जिदा की कह रहे ने मासूमियत जेड़ी है ना चेहरे दे मतलब ओ सिर्फ एक्सप्रेशंस दे नाल जो है अपना
ਮਤਲਬ ਅੰਦਰ ਦੀ ਫੀਲਿੰਗ ਜਿਹੜੀ ਹੈ ਉਹ ਆਪਣੇ ਭਾਵਨਾਵਾਂ ਵਿਅਕਤ ਕਰ ਸਕਦੇ ਨੇ ਤੇ ਉਹ ਉਸ ਤਰੀਕੇ ਨਾਲ ਐਕਸਪ੍ਰੈਸ ਕਰਦੇ ਨੇ ਤੇ ਉਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਕਿ ਹਰ ਇੱਕ ਆਰਟਿਸਟ ਆਪਣੇ ਆਪਣੇ ਲੈਵਲ 'ਚ ਵਧੀਆ ਹੁੰਦਾ ਹਰ ਇੱਕ ਦਾ ਕੁਛ ਬੈਸਟ ਪਾਰਟ ਹੁੰਦਾ ਹੈ ਕਿ ਇਹ ਬੰਦਾ ਇਹ ਕਰ ਸਕਦਾ ਹੈ ਬੈਸਟ ਉਹ ਬੰਦਾ ਉਹ ਕਰ ਸਕਦਾ ਹੈ ਪਰ ਜੋ ਕੰਮ ਠਾਕੁਰ ਸਾਹਿਬ ਕਰ ਸਕਦੇ ਨੇ ਫਨਕਾਰ ਹੈਗੇ ਨੇ ਉਹ ਡਾਇਲੋਗ ਬੋਲ ਕੇ ਵੀ ਹਸਾ ਦੇ ਸਕਦੇ ਨੇ ਬਿਨਾਂ ਕੁਛ ਬੋਲੇ ਬਿਨਾਂ ਬੋਲੇ ਹੁਣ ਜਿੱਦਾਂ ਚੱਲ ਮੇਰਾ ਪੁੱਤ ਦੇ ਵਿੱਚ ਉਹ ਬੁੱਤ ਬਣ ਕੇ ਖੜੇ ਸੀਗੇ ਹੈ ਨਾ ਉੱਥੇ ਕੋਈ ਡਾਇਲੋਗ ਨਹੀਂ ਸੀਗਾ ਬਟ ਸਟਿਲ ਉਹਨਾਂ ਨੇ ਇੰਨਾ ਐਂਟਰਟੇਨਿੰਗ ਕੰਮ ਕੀਤਾ ਉੱਥੇ ਇੰਨਾ ਸੋਹਣਾ ਲੱਗਾ ਉੱਥੇ ਉਹਨਾਂ ਨੇ ਜੋ ਬਣੇ ਸੀਗੇ ਉਹ ਐਂਡ ਆਈ ਥਿੰਕ ਮੈਨੂੰ ਸਭ ਤੋਂ ਵਧੀਆ ਉਹਨਾਂ ਦਾ ਇੱਕ ਡਾਇਲੋਗ ਜਿਹੜਾ ਹੈਗਾ ਆਈ ਥਿੰਕ ਜੋ ਮੈਂ ਮੋਸਟ ਕਾਮਨਲੀ ਸੁਣਿਆ ਹੋਇਆ ਚਵਲ ਜੀ ਹੈ ਕਹਿੰਦੇ ਨਾ ਕਿ ਇੱਕ ਇੱਕ ਐਫਰਟ ਪੇ ਆਫ ਹੁੰਦਾ ਇਸ ਵੀਡੀਓ ਨੂੰ ਦੇਖ ਕੇ ਤੇ ਮਤਲਬ ਬਾ ਕਮਾਲ ਹੈ ਬਿਲਕੁਲ ਕਾਬਿਲ ਤਾਰੀਫ ਤੇ ਉਮੀਦ ਕਰਦੇ ਹਾਂ ਗਾਇਸ ਕਿ ਜਿੱਦਾਂ ਕਿ ਅਸੀਂ ਇੰਜੋਏ ਕੀਤਾ ਉਦਾਂ ਹੀ ਤੁਸੀਂ ਵੀ ਕਰੋਗੇ ਪਲੀਜ਼ ਸਾਨੂੰ ਜ਼ਰੂਰ ਰਿਕਮੈਂਡ ਕਰਦੇ ਰਹੇ ਹੋ ਜਿੱਦਾਂ ਕਿ ਤੁਸੀਂ ਫਰਮਾਇਸ਼ ਆਪਣੀ ਲਾਉਂਦੇ ਹੋ ਗਾਇਸ ਮੈਂ ਬਿਗਨਿੰਗ 'ਚ ਬੋਲਣਾ ਭੁੱਲ ਗਈ ਸੀ ਪਰ ਵੀ ਆਰ ਬੈਕ ਔਨ ਇੰਸਟਾਗ੍ਰਾਮ ਇੰਸਟਾਗ੍ਰਾਮ ਅਕਾਊਂਟ ਵਾਪਸ ਐਕਟਿਵ ਹੋ ਗਿਆ ਪਲੀਜ਼ ਬਾਨੀ ਰਿਐਕਟਸ ਤੇ ਜਾ ਕੇ ਸਾਨੂੰ ਉੱਥੇ ਵੀ ਫੋਲੋ ਕਰੋ ਤੁਸੀਂ ਉੱਥੇ ਵੀ ਮੈਸੇਜ ਕਰ ਸਕਦੇ ਹੋ ਬਾਕੀ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਖੁਸ਼ ਹੋ ਸਿਹਤਮੰਦ ਰਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੈ ਕੇ ਹਾਜ਼ਰ ਹੋਣੇ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼।